ਉੱਚੀ ਉੱਚੀ ਉੱਗੀ ਘਾਹ ਅਤੇ ਖੰਡਰ ਬਣ ਰਹੇ ਵੱਡੇ ਵੱਡੇ ਮਕਾਨ। ਇਹ ਕਿਤੇ ਹੋਰ ਨਹੀਂ ਸਗੋਂ ਪੰਜਾਬ ਦੇ ਦੁਆਬਾ ਦੇ ਖੇਤਰ ਵਿੱਚ ਹਨ। ਦਰਅਸਲ ਇਸ ਇਲਾਕੇ ਵਿੱਚ ਅਜਿਹੇ ਹੀ ਕਈ NRIs ਦੇ ਆਲੀਸ਼ਾਨ ਘਰ ਆਮ ਤੌਰ 'ਤੇ ਬੰਦ ਪਏ ਮਿਲ ਜਾਂਦੇ ਹਨ। ਕਾਫੀ ਪ੍ਰਵਾਸੀ ਪੰਜਾਬੀਆਂ ਨੇ ਲੰਬੇ ਸਮੇਂ ਤੋਂ ਪੰਜਾਬ ਵੱਲ ਫੇਰਾ ਨਹੀਂ ਪਾਇਆ, ਜਿਸ ਕਾਰਨ ਘਰਾਂ ਦੀ ਦੇਖਰੇਖ ਨਹੀਂ ਹੁੰਦੀ। ਬਾਹਰ ਗਿਆ ਬੰਦੇ ਦਾ ਮਕਾਨਾਂ ਦਾ ਬੁਰਾ ਹਾਲ ਹੈ ਇੱਥੇ ਜੀ। ਆ ਵੀ ਉਹਨਾਂ ਦੇ ਬਾਹਰ ਜਾਂਦਾ ਕੈਨੇਡਾ 'ਚ, ਆ ਵੀ ਇੱਧਰ ਹੀ। ਕੀ ਹੋਇਆ ਮਕਾਨ ਨੂੰ? ਕੁਛ ਨਹੀਂ, ਉਹਦੇ ਭੰਗ ਭੁੰਗਾ ਸਫਾਈ ਦੇ ਬਿਨਾਂ ਇੱਦਾਂ ਹੀ ਹੁੰਦੀ ਹੈ, ਜਿਹਦੇ ਨਹੀਂ ਸਫਾਈ ਦੇਖਭਾਲ ਹੁੰਦੀ। ਪੰਜਾਬ ਦਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਜਿਸ ਨੂੰ ਨਵਾਂ ਸ਼ਹਿਰ ਵੀ ਕਹਿੰਦੇ ਹਨ, ਇੱਥੋਂ ਦੇ ਪਿੰਡ ਰਾਣੇਵਾਲ ਦੇ ਦੋ ਨੌਜਵਾਨਾਂ ਨੇ ਇੱਕ ਨਵੇਕਲੀ ਪਹਿਲ ਸ਼ੁਰੂ ਕੀਤੀ ਹੈ। ਹਰਪ੍ਰੀਤ ਸਿੰਘ ਰੱਕੜ ਤੇ ਸੁਖਵਿੰਦਰ ਸਿੰਘ ਨੇ NRIs ਦੇ ਬੰਦ ਪਏ ਘਰਾਂ ਦੀ ਦੇਖਰੇਖ ਕਰਨ ਦੇ ਮਕਸਦ ਨਾਲ ਇੱਕ ਕਾਰੋਬਾਰੀ ਮਾਡਲ ਵਿਕਸਿਤ ਕੀਤਾ, ਜਿਸ ਨਾਲ NRIs ਦੇ ਘਰਾਂ ਦਾ ਰੱਖ ਰਖਾਵ ਵੀ ਹੋ ਜਾਂਦਾ ਹੈ ਤੇ ਇਹਨਾਂ ਨੌਜਵਾਨਾਂ ਨੂੰ ਇੱਕ ਰੁਜ਼ਗਾਰ ਦਾ ਸਾਧਨ ਵੀ ਮਿਲ ਗਿਆ। ਸਮੇਂ ਦੀ ਡਿਮਾਂਡ ਦੇ ਹਿਸਾਬ ਨਾਲ ਨਾ ਸਾਨੂੰ ਇਹ ਚੀਜ਼ ਨੂੰ ਇੰਪਲੀਮੈਂਟ ਕਰਤਾ। ਹੁਣ ਇਹ ਸਾਡੇ ਕੋਲ 50+ ਹਾਊਸਿਸ ਆ, ਅਸੀਂ 3 ਜ਼ਿਲ੍ਹਿਆਂ 'ਚ ਡੀਲ ਕਰਦੇ ਹਾਂ ਅਤੇ ਓਵਰਆਲ ਵਧੀਆ ਰਿਸਪੋਂਸ ਵੀ ਵਧੀਆ, ਕੰਮ ਵੀ ਹਰੇਕ ਨੂੰ ਕਰਿਆ ਮਿਲਦਾ। ਓਵਰ ਜਾਣੀ ਕਿ ਜਦੋਂ ਆਉਣਾ ਪੈਂਦਾ ਉਹਨਾਂ ਨੂੰ ਮੈਂਟੇਨੈਂਸ ਨਹੀਂ ਕਰਾਉਣੀ ਪੈਂਦੀ, ਉਹਨਾਂ ਦੇ ਮਕਾਨ ਰੈਡੀ ਟੂ ਮੂਵ ਆ ਉੱਥੇ, ਜਿੱਦਾਂ ਆ ਕੇ ਆਪਣਾ ਬੈਠ ਕੇ ਆਪਣੀ ਵਧੀਆ ਟ੍ਰਿਪ ਕੱਟ ਕੇ ਜਾ ਸਕਦੇ। ਉਹਦੇ ਵਿੱਚ ਕੀ ਆ, ਅਸੀਂ ਹੈਂਡ ਉਹਨਾਂ ਤੋਂ ਹੀ ਲੈਂਦੇ ਹਾਂ, ਚਾਬੀ ਉਹਨਾਂ ਦੇ ਰੈਲੇਟਿਵਸ ਤੋਂ ਹੀ, ਪੁਜੈਸ਼ਨ ਵੀ ਉਹਨਾਂ ਨੂੰ ਹੀ ਦੇਣੀ ਆ, ਪਰ ਉਹਨਾਂ ਨੂੰ ਸਫਾਈ ਕਰਕੇ CCTV ਕੈਮਰੇ ਲੱਗੇ ਆ, ਅਗਲੇ ਆਪਣੇ ਚੈੱਕ ਕਰੀ ਜਾ ਰਹੇ ਆ, ਇੱਥੇ ਵੀ ਇੰਸਟਾਲਡ ਆ CCTVs। ਉਹਨਾਂ ਤੋਂ ਜੇ ਕੋਈ ਉਹਨਾਂ ਨੂੰ ਕੰਪਲੇਂਟ ਹੁੰਦੀ ਆ ਉਹ ਸਾਨੂੰ ਡਾਇਰੈਕਟ ਡੀਲ ਕਰ ਦਿੰਦੇ, ਜੇ ਕੋਈ ਭੰਨਤੋੜ ਹੁੰਦੀ ਆ ਮੌਸਮ ਦੇ ਹਿਸਾਬ ਨਾਲ ਉਹ ਵੀ ਅਸੀਂ ਕਰਵਾ ਦਿੰਦੇ। ਕਰੋਨਾ ਦੇ ਵਿੱਚ ਓਵਰਆਲ ਜਿੱਦਾਂ ਲੋਕ ਸਟੱਕ ਹੋ ਗਏ ਸੀ, ਆ ਨਹੀਂ ਸੀ ਪਾਉਂਦੇ, ਉਸ ਟਾਈਮ ਸਾਨੂੰ ਸੀਗਾ ਕਿ ਸਾਡੀਆਂ ਗੱਡੀਆਂ ਵੀ ਚੱਲਦੀਆਂ ਸੀ, ਉਹੀ ਡਿਮਾਂਡ ਤੋਂ ਜਦੋਂ ਤੋਂ ਵਧਿਆ। ਹੁਣ ਤਾਂ ਜਿੱਦਾਂ ਆਉਣ ਵਾਲਾ ਟਾਈਮ ਹੀ ਇਹਦਾ, ਕਿਉਂਕਿ ਹਰ ਬੰਦਾ ਜੇ ਇੱਕ ਵਾਰੀ ਚਲਾ ਜਾਂਦਾ ਉਹ ਸਾਲ ਵਿੱਚ ਇੱਕ ਚੱਕਰ ਹੀ ਲਗਾ ਸਕਦਾ, ਜੇ ਉਹਦੇ 20 ਦਿਨ ਛੁੱਟੀ ਦੇ ਸਫਾਈ 'ਚ ਹੀ ਲੰਘ ਜਾਣ ਤਾਂ ਫਿਰ ਉਹਦਾ ਕੀ ਫਾਇਦਾ। ਹੁਸ਼ਿਆਰਪੁਰ ਦੇ ਪ੍ਰੇਮਦੀਪ ਕੌਰ ਆਪਣੇ ਪਰਿਵਾਰ ਨਾਲ ਕੈਨੇਡਾ ਵਿੱਚ ਰਹਿੰਦੇ ਹਨ ਅਤੇ ਉਹ ਭਾਰਤ ਵਿੱਚ ਆਪਣੇ ਘਰ ਦੀ ਸਾਂਭ ਸੰਭਾਲ ਲਈ ਇਹੋ ਸੇਵਾਵਾਂ ਲੈ ਰਹੇ ਹਨ। ਤੇ ਕੈਨੇਡਾ ਦੇ ਵਿੱਚ ਮੈਂ ਬ੍ਰੈਂਪਟਨ ਸਿਟੀ ਦੇ ਵਿੱਚ ਰਹਿ ਰਹੀ ਹਾਂ ਅਪਰੋਕਸੀਮੇਟਲੀ ਪਿਛਲੇ 10 ਸਾਲ ਤੋਂ। ਸਾਡੇ ਪੇਰੈਂਟਸ ਨੂੰ ਇਹੀ ਪ੍ਰੋਬਲਮ ਹੁੰਦੀ ਆ ਕੈਨੇਡਾ ਦੇ ਵਿੱਚ ਮੂਵ ਕਰਨ ਦੇ ਲਈ, ਕਿਉਂਕਿ ਉਹਨਾਂ ਨੇ ਆਪਣੇ ਘਰਾਂ ਦੇ ਉੱਤੇ ਬਹੁਤ ਪੈਸੇ ਲਾਏ ਹੁੰਦੇ ਨੇ ਤੇ ਬਹੁਤ ਰੀਝਾਂ ਨਾਲ ਘਰ ਬਣਾਏ ਹੁੰਦੇ ਨੇ, ਐਂਡ ਹੁਣ ਆਲਵੇਜ਼ ਇਹ ਪ੍ਰੋਬਲਮ ਫੇਸ ਕਰਦੇ ਆ ਵੀ ਪਿੱਛੇ ਘਰ ਬਹੁਤ ਜ਼ਿਆਦਾ ਖਰਾਬ ਹੋ ਜਾਂਦੇ ਨੇ। ਮੈਂ ਕਈ ਘਰ ਇਹੋ ਜਿਹੇ ਵੀ ਦੇਖੇ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਵਿੱਚ ਭੰਗ ਉੱਗੀ ਹੋਈ ਹੈ। ਮੋਮ ਫੋਰ ਸ਼ੋਰ ਘਰੇ ਬੈਠੇ ਹੁੰਦੇ ਨੇ, ਉਹ ਐਵਰੀਡੇ ਕੈਮਰਾਜ਼ ਲੱਗੇ ਹੋਏ ਨੇ ਅੰਦਰ ਲੋਬੀ ਵਗੈਰਾ ਦੇ ਵਿੱਚ ਵੀ ਐਂਡ ਬਾਹਰ ਵੀ, ਐਂਡ ਜੇ ਉਹਨਾਂ ਨੂੰ ਲੱਗਦਾ ਹੈ ਵੀ ਓਕੇ ਅੱਜ ਅਡੀਸ਼ਨਲ ਸਰਵਿਸ ਚਾਹੀਦੀ ਹੈ ਸਾਨੂੰ, ਅੱਜ ਅਡੀਸ਼ਨਲ ਓਕੇ ਤਾਕੀਆਂ ਵੀ ਸਾਫ਼ ਕਰ ਦਿਉ ਪਲੀਜ਼, ਤੁਸੀਂ 2 ਦਿਨ ਤੋਂ ਨਹੀਂ ਕੀਤੀਆਂ, ਐਂਡ ਉਹ ਚੈੱਕ ਕਰ ਲੈਂਦੇ ਨੇ, ਉਹ ਕਰਵਾ ਦਿੰਦੇ ਨੇ ਉਹਨਾਂ ਤੋਂ ਸਾਫ਼ ਓਕੇ ਇੱਥੇ ਜਾਲਾ ਲੱਗਿਆ ਹੋਇਆ ਤੁਸੀਂ ਉਹ ਕਰ ਦਿਉ। ਸੋ ਦੇ ਆਰ ਕੁਆਇਟ ਬਿਜ਼ੀ, ਐਂਡ ਜਦੋਂ ਵੀ ਉਹ ਇੰਡੀਆ ਜਾਂਦੇ ਨੇ ਅਸੀਂ ਬਹੁਤ ਹੈਪੀ ਹੁੰਦੇ ਹਾਂ ਬਿਕੋਜ਼ ਸਾਡਾ ਘਰ ਹਮੇਸ਼ਾ ਉੱਦਾਂ ਦਾ ਉੱਦਾਂ ਹੀ ਸਾਨੂੰ ਮਿਲਦਾ ਆ ਜਿੱਦਾਂ ਅਸੀਂ ਛੱਡ ਕੇ ਗਏ ਹੁੰਦੇ ਹਾਂ।